ਅੱਜ ਮੈਂ ਸਬਜ਼ੀ ਲੈ ਕੇ ਆਈ, ਆਲੂ ਅਤੇ ਬੈਂਗਣ ਲੈ ਆਈ ਹਾਂ। ਮੈਂ ਧੋਣ ਲੱਗੀ, ਅੱਛੀ ਤਰ੍ਹਾਂ ਧੋਵਾਂਗੀ। ਆਲੂ ਬੈਂਗਣ ਖਾਣ ਲੱਗੀ ਆ, ਮੈਂ ਨਾਲ ਚਾਵਲ ਬਣਾ ਲੂੰਗੀ। ਆਲੂ ਬੈਂਗਣ ਹੁਣ ਮੈਂ ਕੱਟਣ ਲੱਗੀ ਹਾਂ, ਕੱਟ ਕੇ ਫਰਾਈ ਕਰਾਂਗੀ। ਬੈਂਗਣ ਫਰਾਈ ਪਕਾਉਣ ਲੱਗੀ ਹਾਂ, ਜੇ ਮਸਾਲਾ ਸਾਰਾ ਹੁਣ ਮੈਂ ਬੈਂਗਣ ਜਰਾ ਕੱਟ ਕੇ ਨਾ ਫਿਰ ਫਰਾਈ ਕਰਕੇ ਪਕਾਉਂਦੀ ਹਾਂ। ਬਹੁਤ ਹੀ ਮਜ਼ੇਦਾਰ ਫਰਾਈ ਬੈਂਗਣ ਬਣਦੇ। ਬੈਂਗਣ ਫਰਾਈ ਤਾਂ ਮੈਨੂੰ ਦੂਰ ਪਾ ਕੇ ਚੱਲਣਾ ਚਾਹੀਦਾ, ਕਾਫੀ ਗਰਮ ਹੋ ਗਿਆ ਫਿਰ ਉਹਨਾਂ ਪਹਿਲਾਂ ਫਰਾਈ ਕਰਾਂਗੇ, ਉਸ ਤੋਂ ਬਾਅਦ ਪਕਾਵਾਂਗੇ। ਅੱਛੀ ਤਰ੍ਹਾਂ ਫਰਾਈ ਕਰਨਾ ਮਸਾਲਾ ਭੁੱਜ ਗਿਆ, ਮਿਰਚਾਂ ਪਾ ਰਹੀ, ਦੋ ਚਮਚ ਮਿਰਚਾਂ ਦੀ, ਚੰਗੀ ਹਲਦੀ ਹਲਦੀ ਪਤਾ ਨਹੀਂ ਮਿਲੀ ਕਿਉਂ ਕਰ ਮੇਰਾ ਪਾ ਆਲੂ ਪਹਿਲੇ ਫਰਾਈ ਕਰ ਲਾਂਗੇ, ਇਸ ਤਰ੍ਹਾਂ ਜਿਹੜਾ ਪਹਿਲੇ ਮਸਾਲੇ ਫਰਾਈ ਕਰਾਂਗੇ ਆਲੂ, ਉਸ ਤੋਂ ਬਾਅਦ ਬੈਂਗਣ ਪਾ ਕੇ ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਬੈਂਗਣ ਤਾਂ ਪਹਿਲੇ ਗਲ ਚੁੱਕੇ ਫਰਾਈ ਹੋ ਕੇ, ਇਹ ਥੋੜ੍ਹਾ ਜਿਹਾ ਆਲੂਆਂ ਵਾਸਤੇ ਪਾਣੀ ਪਾਉਣਾ ਹੋਤਾ ਹੀ ਆ, ਇਹ ਆਲੂ ਗਲ ਗਿਆ। Thank you.
para los trae cabla, no tengo nada. Ah, yo la mis cabla, para que por ahí manejando así. Una cantera que tiene aquí. Cantera que tiene la de Cristo, se le mejor tiene que tener aquí. ਪਾਣੀ ਥੋੜਾ ਪਾਇਆ ਉਹਦੇ ਵਿੱਚ ਨਾ ਦਮ ਦੇ ਵਿੱਚ ਪੱਕ ਜਾਂਦੇ ਅੱਗ ਵੀ ਗਲ ਜਾਂਦੀ ਬਹੁਤ ਹੀ ਮਜ਼ੇਦਾਰ ਬਣਦੇ ਫਰਾਈ ਬੈਂਗਣ ਆਲੂ ਬੈਂਗਣ ਫਰਾਈ ਬੈਂਗਣ ਮੇਰੇ ਤਿਆਰ ਹੋ ਗਏ ਨਾਲ ਚਾਵਲ ਨੇ ਫਿੱਕੇ ਮੈਂ ਖਾਣ ਲੱਗੀ ਨਾ ਬਹੁਤ ਹੀ ਮਜ਼ੇਦਾਰ ਬਣਦੇ ਨੇ ਇੱਦਾਂ ਬਲੋਗ ਵੀ ਮੈਨੂੰ ਅੱਛਾ ਲੱਗਦਾ ਲਾਈਕ ਸਬਸਕ੍ਰਾਈਬ ਕਰ ਦੇਣਾ ਅੱਛਾ ਜੀ ਅੱਲਾ ਹਾਫਿਜ਼ ਮਾਸ਼ਾਅੱਲਾ ਬਹੁਤ ਹੀ ਮਜ਼ੇਦਾਰ ਆ ਮਜ਼ੇਦਾਰ ਹੈ ਬਹੁਤ ਜ਼ਿਆਦਾ ਹਾਂਜੀ ਹੁਣ ਚਾਵਲ ਖਾਣ ਲੱਗੇ ਬਹੁਤ ਹੀ ਮਜ਼ੇਦਾਰ ਹੈ